ਦੇ ਨੌਜਵਾਨ ਗੱਭਰੂ ਮਾਰਦਾ ਹਾਰਨ ਨਹੀਂ ਤਿਆਰ ਬੈਠਾ ਬੈਠਾ ਜਾ ਰਹਿੰਦਾ ਵਾ ਹਲੇ ਮੀਤੇ ਵੀਰ ਕੋ ਰੁਕਣਾ ਅੱਤ ਦੀ ਗਰਮੀ ਰਾਣਾ ਦੀ ਸ਼ੂਗਰ ਮਿਲ ਧੱਕੇ ਧੋਕੇ ਖਾਂਦੇ ਹੋਏ ਮਗਰਾਟਾਂ ਦੇ ਬਹਿ ਗਏ ਆ ਵਜੇ ਆ ਵੀਰ ਕਹਿੰਦਾ ਜਿੰਨੀ ਗਰਮੀ ਹੁਣ ਭੁੱਖ ਮਹਿਸੂਸ ਨਹੀਂ ਹੁੰਦੀ ਕਿਤੇ ਨਹੀਂ ਜਾਣਾ ਇਹਨੇ ਚੱਕ ਦਾ ਤਾਂ ਯਾਰ ਹੁਣ ਗੱਡੀ ਗਰਮੀ ਜ਼ਿਆਦਾ ਮਹਿਸੂਸ ਕਰ ਗਏ ਆ ਹੁਣ ਏ ਸੀ ਫੁੱਲ ਛੱਡਿਆ ਵਾ ਬਹੁਤ ਇੱਦਾਂ ਅਟੈਚ ਕਰ ਦੇਣੀ ਉਹ ਸਟਾਰਟ ਹੋਏ ਨਸਦਾ ਆ ਕੀ ਆ ਗਬਰ ਬਾਤਾ ਲਓ ਜੀ ਮਿੱਤਰੋ ਆ ਗਏ ਆ ਪਿੰਡ ਚਹਿਲ ਪਹਿਲ ਕਰਦੀ ਇੱਕ ਵਾਰ ਤਾਂ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਛ ਇੱਕ ਵਾਰ ਤਾਂ ਚੱਕਦੇ ਪੈਰ ਤੇ ਕਰੂ ਕੁਛ ਮੁੰਡਾ ਵਾਹ ਖਾਣ ਵਾਲੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਘੈਂਟ ਹੋਵੋਗੇ ਅਤੇ ਲੈ ਕੇ ਆ ਕੇ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਵਲੋਗ ਸਹੀ ਆ ਅਤੇ ਅੱਜ ਦਾ ਵਲੋਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ ਅਤੇ ਗਰਮੀ 45 ਡਿਗਰੀ ਸੈਲਸੀਅਸ ਤੋਂ ਵੱਧ ਹੀ ਹੋਣੀ ਅੱਜ ਅਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਚਕੰਦਰ ਵੀਰ ਉਸਤਾਦ ਨੇ ਲਾਏ ਸੀ ਅਰਚਣਾ ਨੇ ਅਤੇ ਉਹ ਦਹੀਂ ਬਣਾਉਣ 8 ਟਰਾਲੇ ਤਾਂ ਭਰ ਕੇ ਉਹ ਆਪ ਮਸ਼ੀਨ ਵਾਲੇ ਲੈ ਗਏ ਸੀ ਜਿਹੜੇ ਇੱਕ ਟਰਾਲਾ ਲਾਸਟ 'ਤੇ ਰਹਿ ਗਿਆ ਉਹ ਸਾਨੂੰ ਇਹ ਸੀ ਅਸੀਂ ਉਹਨਾਂ ਨੂੰ ਕਹਿ ਬੈਠੇ ਕਿ ਅਸੀਂ ਚੱਲ ਆਪ ਲੈ ਜਾਵਾਂਗੇ ਟਰਾਲਾ ਭਰ ਕੇ ਅਸੀਂ ਕਿਹਾ ਚੱਲ ਥੋੜ੍ਹਾ ਬੰਦਾ ਆਉਣਾ ਨਿੱਕਾ ਟਰਾਲਾ ਬਣੂਗਾ ਹੈ ਵੱਧ ਤੋਂ ਵੱਧ ਕੀ ਭਰ ਜੂਗਾ ਟਰਾਲੀ ਚੱਲ ਅਸੀਂ ਲੈ ਜਾਵਾਂਗੇ ਉਹ ਕਹਿੰਦੇ ਅਸੀਂ ਸਾਨੂੰ ਵੱਡਾ ਟਰਾਲਾ ਭਰ ਕੇ ਖੜਨਾ ਅਤੇ ਅਸੀਂ ਇਸ ਭੁਲੇਖੇ ਬੈਠੇ ਰਹੇ ਕਿ ਚੱਲ ਅਸੀਂ ਭਰ ਕੇ ਲੈ ਜਾਵਾਂਗੇ ਉਹ ਨਿਕਲਿਆ ਜਿੱਦਾਂ ਗੁੱਠਾ ਗੱਠਾ ਲਾਉਂਦਿਆਂ ਲਾਉਂਦਿਆਂ ਇੱਕ ਦੀ ਰਹਿਣ ਜਿਹੜੀ ਲਾਉਂਦੇ ਪੱਟ ਪੁੱਟ ਕੇ ਵੇਖਿਆ ਤਾਂ ਟਰਾਲਾ ਹਾਲ ਵਾਲਾ ਪੂਰਾ ਟੀ ਸੀ ਤੁਹਾਨੂੰ ਬਹੁਤ ਨਹੀਂ ਲੱਗੇ ਮੋਟਰ ਤੁਹਾਨੂੰ ਮੈਂ ਕਿਹਾ ਚੱਲ ਮੈਂ ਵੀ ਤਿਆਰ ਤੁਰ ਹੋ ਗਿਆ ਅਤੇ ਸਾਰੇ ਵੀਰ ਜੁੜੇ ਰਹੋ ਅਤੇ ਤੁਹਾਨੂੰ ਦਿਖਾਉਂਦੇ ਹਾਂ ਕੀ ਹਿਸਾਬ ਤਾ ਵਾ ਕੀ ਕਰਦੇ ਮੁੰਡੇ ਅੱਜ ਸਾਰਾ ਦਿਨ ਚੱਲੇ ਅੰਮ੍ਰਿਤਸਰ ਨੂੰ ਬਟਾਲੇ ਟਰੈਕਟਰ ਮਾੜਾ ਜਿਹਾ ਧੋਤਾ ਉਹ ਸਾਫ਼ ਜਿਹਾ ਲੱਗਣ ਦਿਆ ਇੰਨੀ ਨਾ ਤਾਂ ਕੀ ਪਤਾ ਕੀ ਕਰਦੇ ਤੁਸੀਂ ਮਿੱਟੀ ਦੇ ਵਿੱਚ ਪਤਾ ਲੱਗਦਾ ਕੋਈ ਜੈਕ ਨਹੀਂ ਲਾਇਆ ਕੋਈ ਕੁਛ ਨਹੀਂ ਲਾਇਆ ਇੱਧਰ ਘੁੰਮੀ ਜਾਂਦਾ ਪਿਆ ਕਰੂੰ ਆ ਗਏ ਮੁੰਡੇ ਨੌਜਵਾਨ ਗੱਭਰੂ ਮਾਰਦਾ ਹਾਰ ਨਹੀਂ ਲੱਗੇ ਫਿਰ ਦੂਆ ਤੂੰ ਮੁੰਡੇ ਚਲੋ ਆਹੋ ਚਲੋ ਚਲੋ ਲੱਗੇ ਤੁਰਨ ਪੈਣਾ ਠੀਕ ਤਾਂ ਪੈਣਾ ਤੁਰ ਪਏ ਆ ਬਲੇਜ਼ਰ ਨਹੀਂ ਪਾਈਦਾ ਹੁੰਦਾ ਅੱਛਾ ਕੋਟ ਪੈਂਟ ਵਾਲਾ ਸਤਿ ਸ਼੍ਰੀ ਅਕਾਲ ਜੀ ਗੋਡਾ ਵੱਜਾ ਮੇਰਾ ਯਾਰ ਆਹੋ ਵਿਆਹ ਚੱਲਾਂ ਵਿਆਹ ਚੱਲਾਂ ਵਿਆਹ ਮੁੰਡੇ ਆ ਗਏ ਬੇਰ ਸਾਹਿਬ ਬੇਰ ਸਾਹਿਬ ਮੱਥਾ ਟੇਕ ਕੇ ਅਤੇ ਹੁਣ ਇੱਥੇ ਤੁਰਾਂਗੇ ਨਾਲੇ ਫਰੈਸ਼ ਹੋ ਜਾਣ ਮੁੰਡੇ ਅਤੇ ਇੱਕ ਹਵਾ ਭਰਾਉਣੀ ਆ ਹਵਾ ਭਰਾਉਣ ਵਾਸਤੇ ਰੁਕਣਾ ਠੀਕ ਆ ਹਵਾ ਇਹਨਾਂ ਨੂੰ ਪਿਆ ਕਿਹਾ ਸੀ ਪਹਿਲਾਂ ਭਰਾ ਲਈਏ ਅਤੇ ਉਹ ਪਹਿਲਾਂ ਕਹਿੰਦੇ ਸਹੀ ਲੱਗਦੀ ਆ ਸਹੀ ਆ ਅਤੇ ਹੁਣ ਉਹ ਲੱਗਦੀ ਜਿੱਦਾਂ ਟਾਇਰ ਹੁਣ ਪੱਧਰੇ ਥੋੜ੍ਹੇ ਲੱਗਦੇ ਆ ਉਦੋਂ ਜੇ ਟਾਇਰ ਬੈਠਾ ਬੈਠਾ ਜਾ ਰਹਿੰਦਾ ਵਾ ਅਤੇ ਕੋਈ ਨਹੀਂ ਤੂੰ ਆਪਣੇ ਖਾਲਸਾ ਨਾਲ ਭਰਾਉਂਦੇ ਹਾਂ ਵਾ ਅਤੇ ਫਿਰ ਪਾਉਂਦੇ ਚਾਲੇ ਹਲੇ ਮੀਤੇ ਵੀਰ ਕੋ ਰੁਕਣਾ ਮੀਤੇ ਵੀਰ ਕੋ ਰੁਕ ਕੇ ਉਹਨੂੰ ਕਹਿਣਾ ਲਿਆ ਵੀ ਨਹੀਂ ਪਾਣੀ ਕਰ ਸੇਵਾ ਮੁੰਡੇ ਚੱਲੇ ਆ ਟੋਜੰਡਾ ਜਾਂ ਨਾਂ ਰੱਖ ਲਿਆ ਬਾਕੀ ਦਾਤਾ ਭਲੀ ਕਰੇ ਲੋੜ ਹੀ ਨਾ ਪਵੇ ਟੋਜੰਦੀ ਮੁੰਡੇ ਮੀਤੇ ਵੀਰ ਕੋ ਆ ਗਏ ਆ
ਸਬਜ਼ੀ ਸੁਬਜ਼ੀ ਮੁੰਡੇ ਨੇ ਬਹੁਤ ਲਾਈ ਵੀ, ਬਾਗ ਲਾਇਆ ਪਿਆ ਅਮਰੂਦਾਂ ਦਾ। ਮੁੰਡੇ ਆ ਕੇ ਰੁਕ ਗਿਆ ਨਹਿਰਾਂ ਦੇ, ਕਹਿੰਦੇ ਨਿੰਬੂ ਪਾਣੀ ਪੀਣਾ ਗਰਮੀ ਬਹੁਤ ਆ। ਹਾਂਜੀ ਗਰਮੀ ਬਹੁਤ, ਮੁੰਡੇ ਕਹਿੰਦੇ ਨਿੰਬੂ ਪਾਣੀ ਪੀਣਾ ਥੱਕਦਾ, ਮੁੰਡੇ ਬੈਠੇ ਆ ਨਿੰਬੂ ਪਾਣੀ ਪੀਣ, ਗਰਮੀ ਹੈ ਬੜੀ ਗੁਰੂ। ਹਾਂ ਵੀ ਗੋਲੀ ਵਾਲੇ, ਗੋਲੀ ਵਾਲੇ ਪੱਤੇ ਆ ਗਏ ਨਹਿਰਾਂ ਦੇ, ਬੰਦੇ ਗਰਮ ਤਾਂ ਹੋਣੇ ਹੀ ਹੋਣੇ ਆ, ਮਸ਼ੀਨਰੀ ਤਾਂ ਗਰਮ ਹੁੰਦੀ ਹੁੰਦੀ, ਨਾਲ ਬੰਦੇ ਬਹੁਤ ਗਰਮ ਹੋਏ ਪਏ ਆ, ਇੰਨੀ ਗਰਮੀ ਆ। ਉੱਤੋਂ ਘੱਟਾ ਆਪਣੀ ਰਹਿ ਗਈ ਆ 3.5 ਕਿਲੋਮੀਟਰ ਦੀ, ਲੱਗ ਕੇ ਆ ਗਏ ਆਪਾਂ, ਹੌਸਲਾ ਜਾ ਨਹਿਰ ਲੱਗ ਕੇ ਆ ਗਏ। ਅੱਤ ਦੀ ਗਰਮੀ, ਰਾਣਾ ਦੀ ਸ਼ੂਗਰ ਮਿਲ, ਮੁੰਡੇ ਬਹੁਤ ਹੀ ਸ਼ਿੱਦਤ ਦਾ ਕਰਕੇ ਧੱਕੇ ਧੋ ਕੇ ਖਾਂਦੇ ਹੋਏ ਮਗਰਾਟਾਂ 'ਤੇ ਬਹਿ ਗਏ, ਆ ਵੱਜੇ ਆ ਆਏ ਆ, ਪਰਚੀ ਵਾਲਾ ਵੀਰ ਹੀ ਹੈ ਨੀ, ਆ ਦੇਖ ਪੱਖਾ ਨੇ ਐਨ ਮੋਢੇ 'ਤੇ ਲਾਇਆ ਭਾਵੇਂ ਪਰ ਦੇ ਵਿੱਚ ਹੱਥ ਦੇ ਲਵੇ, ਠੀਕ ਆ ਉੱਤੇ ਟੀਨਾਂ ਟੁੱਟੀਆਂ ਪਈਆਂ। ਤੁਸੀਂ ਕੋਈ ਦੁੱਖ ਦੱਸਣਾ ਚਾਹੁੰਦੇ? ਬਾਕੀ ਸਾਰਾ ਕੁਝ ਠੀਕ ਹੈ, ਗਰਮੀ ਜਾਈ ਹੈ। ਵੀਰ ਕਹਿੰਦਾ ਜਿੰਨੀ ਗਰਮੀ ਹੁਣ ਭੁੱਖ ਮਹਿਸੂਸ ਹੀ ਨਹੀਂ ਹੁੰਦੀ, ਹੋਰ ਕੀ ਭਰਾਵਾ। ਕਬ ਆਏਗਾ ਯਾਰ ਬੰਦਾ, ਨੰਬਰ ਨੁੰਬਰ ਹੈ ਉਸਕਾ? ਚਲੋ ਪੀਣ ਛੱਡ, ਆਪਣਾ ਰੇਡਰ ਆ ਗਿਆ। ਜਿੰਨੀ ਗੁਰੂ ਆ ਗਰਮੀ ਹੈ ਨਾ, ਬਰਫ ਲਈ ਹੋਵੇ ਏਦਾਂ ਕਰੀ ਹੋਵੇ, ਬਸ ਏਦਾਂ ਤੂੰ ਵੀ ਲੰਘ ਰਹੀ ਲਾ ਕੇ ਦੇ ਗੁਰੂ ਕਾ, ਮੂੰਹ ਟੁੱਟੀ ਹੈਗੀ ਉੱਥੇ ਉਦੋਂ ਵੀ ਉਹਨੇ ਪਾਣੀ ਚ ਪੀ ਲਓ ਯਾਰ, ਆ ਕੇ ਮਿਲ ਚ ਤੇ ਲਾ ਤਾ ਕੰਡੇ ਦੇ ਮਿਲ, ਬਹੁਤ ਅਗੜੀ ਪੁਰਾਣਾ ਸ਼ੂਗਰ ਮਿਲ, ਬੋਤਲਾਂ ਡਿੱਗਦੀਆਂ ਫਿਰਦੀਆਂ ਗਰਮੀ ਹੋ ਰਹੀ। ਉਹ ਪਾਣੀ ਜੋ ਬਹੁਤ ਹੁੰਦੀ ਆ, ਪਾਣੀ ਖਰਾਬ ਆ, ਪਾਣੀ ਪੀਣ ਵਾਲਾ ਨਹੀਂ ਜਾਂਦੇ। ਨੰਬਰ 4 ਅੱਗੇ ਲੈ ਜਾ, ਉਹ ਟਰੱਕ ਚੱਕਿਆ ਵਾ ਇੱਦਾਂ, ਟਰੈਕਟਰ ਆਪਣਾ ਲੱਗਣਾ ਉਹਨਾਂ ਨੇ। 4 ਨੰਬਰ 1 ਨੰਬਰ 2 3 ਤੋਂ ਅੱਗੇ 4 ਤੋਂ ਰੈਂਪ 'ਤੇ ਲੈ ਜਾ ਹਾੜੇ ਦੇ।
ਦੁੱਧ ਪਾ ਲੈਂਦੇ ਘਰ ਹੈਂ ਚਲੋ ਚੱਲ ਇੱਥੇ ਆਪੇ ਸਪੋਰਟ ਲੈ ਲੈਣੀ ਲੱਗ ਗਈ ਸਪੋਰਟ ਇੱਥੇ ਲੈਣੀ ਹੈ ਉਹ ਹੱਥ ਲੈਣੀ ਬਹੁਤ ਔਖੀ ਆ ਅਰਸ਼ ਕਿੱਧਰ ਗਿਆ ਉਹਨੂੰ ਕਹਾਂ ਮੈਂ ਸਪੋਰਟ ਸਾਈਡ ਓਏ ਮੇਰੀ ਗੱਲ ਸੁਣ ਆਹ ਸੰਗਲ ਪਾਉਣੇ ਵੀਰ ਉਹਨਾਂ ਨੇ ਗੱਲ ਸੁਣ ਆਪਾਂ ਨੂੰ ਉਹ ਲਾਉਣਾ ਪੈਣਾ ਮਗਲੀ ਵਾਲੀ ਹੈ ਤਾਂ ਨਕਲੀ ਕੇ ਹਿਸਾਬ ਨਾਲ ਬਣੀ ਹੈ ਏਦਾਂ ਕਰੋ ਥੋੜ੍ਹੀ ਖਾਲੀ ਲੈ ਲੋ ਥੋੜ੍ਹੀ ਜਾ ਦਿਓ ਜੇ ਥੱਲੇ ਕਰਾ ਲਿਓ ਥੱਲੇ ਬਾ ਠੀਕ ਆ ਹਾਂ ਆਪਣੇ ਨਾਲੇ ਉਹ ਦੂਜਾ ਦੱਸ ਦਿਓ ਆਪਰੇਟਰ ਨੂੰ ਆਹ ਸੰਗਲ ਜਾਈ ਜੇ ਪੈਣੇ ਇੱਕੋ ਸੰਗਲ ਹੀ ਪਾਉਣਾ ਹੁਣ ਕਿਤੇ ਨਹੀਂ ਜਾਣਾ ਇਹਨੇ ਲਾਤੀ ਡਾਕਾ ਠੀਕ ਆ ਆਪਰੇਟਰ ਕੋਲ ਹੀ ਖੜ ਜਾਂਦੇ ਆਇਓ ਅਤੇ ਫਿਰ ਵੀ ਆਓ ਆਉਂਦੀ ਆਪਰੇਟਰ ਕੋਲ ਆ ਜਗਾੜ ਜਾ ਜਿੰਨੇ ਆਓ ਸਾਰਾ ਕੰਟਰੋਲ ਕਰਨਾ ਚੱਕ ਦਾ ਤਾਂ ਉੱਪਰ ਉੱਦਾਂ ਚੱਕਣਾ ਵਾ ਅੱਸੀ ਕੁਇੰਟਲ ਲਾਭ ਬਣਿਆ ਉਦਾਂ ਕਿੰਨੇ 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 ਕੁਇੰਟਲ ਨਿਕਲੀ ਪੂਰੀ ਠੀਕ ਆ ਚਲੋ ਮੁੰਡਿਆ ਮਾਰੋ ਕਿੱਕ ਆ ਗਏ ਆਪਣੇ ਏਰੀਏ 'ਚ ਆ ਗਏ ਆ ਗਏ ਮੁੰਡੀ ਮੋੜ ਮੁੰਡੇ ਮੁੰਡੀ ਮੋੜ ਲਾਗੇ ਆ ਗਏ ਮੁੰਡੀ ਮੋੜ ਭਰਾਵਾ ਮੁੰਡੀ ਮੋੜ ਦੀ ਨੀਤੇ ਵੀਰ ਨੂੰ ਕਹਿੰਦੇ ਫੇਰ ਇੱਕ ਨਿੰਬੂ ਪਾਣੀ ਪਿਆ ਹਨਾ ਫਿਰ ਰੁਕਦੇ ਰੋਟੀ ਰੋਟੀ ਖਾਂਦੇ ਜਾਂ ਨੀਤੇ ਵੀਰ ਕੋਬਲ ਦੇ ਰੁਕੇ ਤੇ ਫਿਰ ਰੋਟੀ ਪਾਣੀ ਦੇ ਨਾਲੇ ਨਿੰਬੂ ਨਿੰਬੂ ਪਾਣੀ ਉਹਦੇ ਕੋਲ ਛੱਕਦੇ ਜਦੋਂ ਫਿਰ ਇਹ ਛੱਕ ਕੇ ਤਰੇ ਯਾਰ ਹੁਣ ਗੱਡੀ ਗਰਮੀ ਜ਼ਿਆਦਾ ਮਹਿਸੂਸ ਕਰ ਗਏ ਆ ਹੁਣ ਏਸੀ ਫੁੱਲ ਛੱਡਿਆ ਵਾ ਗਰਮੀ ਮਹਿਸੂਸ ਕਰ ਗਿਆ ਮੁੰਡਾ ਹਾਂ ਸਹੀ ਗੱਲ ਆ ਗਰਮੀ ਚਾਹੀਦੀ ਮਹਿਸੂਸ ਵੀਰ ਖੜਾ ਵੀਰ ਦੀ ਸਤਿ ਸ੍ਰੀ ਅਕਾਲ ਜੀ ਟਰਾਲਾ ਲਾ ਤਾ ਉਹ ਟਰੀਟਰ ਦੀ ਸਲਫ ਜੀ ਖਰਾਬ ਸੀ ਅਤੇ ਟਰਾਲਾ ਲਾ ਕੇ ਸਲਫ ਦੇ ਗਰਾਉਂਡ ਚੱਲ ਕਰਾ ਲਈਏ ਵੀਰ ਸੀਜ਼ਨ ਤਾਂ ਖਰਾਬ ਅਸੀਂ ਥੱਲੋਂ ਸਟਾਰਟ ਕਰੀਦਾ ਢੀਠ ਜਿਹੇ ਹੋ ਕੇ ਲੱਗੇ ਰਹੀਦਾ ਇੱਥੋਂ ਜੇ ਲਾ ਦਿੰਦੇ ਮੁੜ ਕੇ ਘੁੱਗੀ ਉਹ ਇੱਦਾਂ ਅਟੈਚ ਕਰ ਦੇਣੀ ਉਹ ਸਟਾਰਟ ਹੋ ਜਾਂਦਾ ਸਿੱਧਾ ਸਲਫ ਤੋਂ ਥੱਲੋਂ ਕਰਦੇ ਰਹੀਦਾ ਸਟਾਰਟ ਚੈੱਕ ਹੀ ਨਹੀਂ ਕਰਿਆ ਟਾਈਮ ਤੁਹਾਨੂੰ ਪਤਾ ਉਨਾ ਕੁ ਦਰਸ਼ ਵੀਰ ਹੋਣਾ ਹਨਾ ਹਨਾ ਫਿਰ ਤੁਹਾਨੂੰ ਪਤਾ ਬਿਜ਼ੀ ਉੱਤੋਂ ਕੰਪਿਊਟਰ ਕਰਾਏ ਦਾ ਸੀਜ਼ਨ ਮਾਤਾ ਦੀ ਪੂਰੀ ਮਾਰੀ ਪਈ ਆ ਉਹ ਕੰਪਿਊਟਰ ਕਰਾ ਮੈਂ ਚਲਾਈ ਜਾਂਦਾ ਵੀਰ ਨੂੰ ਕੋਈ ਕੰਮ ਨਹੀਂ ਕਰਨ ਦਈਦਾ ਗਰਮੀ 'ਚ ਤਾਂ ਜਾਂਦਾ ਹੀ ਨਾ ਉਸਤਾਦ ਹਨਾ ਬਾਕੀ ਆਹ ਕਵਰ ਪਾਤਾ ਫੁੱਟ ਫੁੱਟਵੇਅਰ ਪਾਤਾ ਫੁੱਟਵੇਅਰ
ਨਵੇੜਦੇ ਸਾਡੇ ਘੁੰਮਦਾ ਨਹੀਂ ਤਾਂ ਜਾ ਕੇ ਸੌਣਾ ਸੀ ਘੰਟਾ ਘੰਟਾ ਆਹ ਘੁੱਗੀ ਖਰਾਬ ਹੋਈ ਉਦੋਂ ਵੀ ਮੈਂ ਇਹਨੂੰ ਛੇੜ ਛੂੜ ਕੇ ਵੀਰ ਕੋਲ ਚੈੱਕ ਕਰਾਉਣ ਲੱਗੇ ਵੀਰ ਕਹਿੰਦਾ ਟਾਈਮ ਹੈ ਨਹੀਂ ਅਤੇ ਆਪਾਂ ਕਰ ਦਿੰਦੇ ਹਾਂ ਅਤੇ ਮੈਂ ਵੀਰ ਨੂੰ ਸਵੇਰੇ ਕਰਾਵਾਂਗੇ ਸਵੇਰੇ ਮੈਂ ਘਰ ਜਾ ਕੇ ਮੈਂ ਇੱਦਾਂ ਜਾ ਕੇ ਤਾਰਾਂ ਤੂਰਾਂ ਖਿੱਚੀਆਂ ਜ਼ੋਰ ਲਾ ਕੇ ਗੁੱਸੇ ਨਾ ਅਤੇ ਉਹ ਆਪੇ ਮੁੜ ਕੇ ਸਟਾਰਟ ਹੋਣ ਲੱਗ ਪਿਆ 10 ਦਿਨ ਤਾਂ ਚੱਲਿਆ ਸਹੀ ਮੁੜ ਕੇ ਟਿਕ ਟਿਕ ਕਰਦਾ ਸੀ ਮੁੜ ਕੇ ਸਹੀ ਜਿਹੜੇ ਚੱਲਦਾ ਸੀ ਉਹ ਵੀ ਹਟ ਗਿਆ ਪਰ ਅਸੀਂ ਹੁਣ ਘੁੱਗੀ ਨਵੀਂ ਲੈ ਕੇ ਪਾਉਣ ਲੱਗੇ ਠੀਕ ਨਹੀਂ ਕਾਏ ਮੁੰਡੇ ਰੋਟੀ ਪਾਣੀ ਤੁਰ ਪਏ ਆ ਚੱਲਿਆ ਉਸਤਾਦ ਚੰਗਾ ਜੀ ਇੱਕ ਬੰਦਾ ਹੋਰ ਆਇਆ ਪਿਆ ਸਾਡੇ ਕੋਲ ਇਹ ਵੇਲਾ ਵੀਰ ਬੰਨਦਾ ਵਿਛੜਿਆ ਤੁਹਾਨੂੰ ਹੁਣ ਮਿਲਾਇਆ ਵਲੌਗ 'ਚ ਮਿਲਦੇ ਉੱਦਾਂ ਰੋਜ਼ ਰਹੀਦਾ ਪਰ ਵਲੌਗ ਦੇ ਵਿੱਚ ਵਲੌਗ ਦੇ ਵਿੱਚ ਅੱਜ ਮਿਲਾਇਆ ਤੁਹਾਨੂੰ ਬੰਨ ਵਾਲੇ ਵਲੌਗਾਂ ਤੋਂ ਬਾਅਦ 'ਚ ਅੱਜ ਮਿਲਾਇਆ ਹਾਂ ਉਹ ਬੰਦਾ ਹਾਂ ਚਾਚਾ ਸਾਨੂੰ ਮਿਲਿਆ ਸੀ ਸਵੇਰੇ ਹਾਂ ਸਵੇਰੇ ਸਾਡੇ ਕੋਲ ਮੇਰੇ ਨਾਲ ਆਪਣੇ ਅੱਧਾ ਘੰਟਾ ਖੜੇ ਰਹੇ ਅੱਧਾ ਘੰਟਾ ਘੰਟਾ ਖੜੇ ਰਹੇ ਆਪਣੇ ਕੋਲ ਅਸੀਂ ਮੁੜ ਕੇ ਲਿਆਏ ਟਰਾਲਾ ਮਾਰੋ ਦੀ ਗੱਲਾਂ ਬਾਤਾਂ ਅਸੀਂ ਟਰਾਲਾ ਮੜਾ ਲਿਆਈਏ ਲਓ ਜੀ ਮਿੱਤਰੋ ਆ ਗਏ ਹਾਂ ਪਿੰਡ ਬਹੁਤ ਜ਼ਿਆਦਾ ਗਰਮੀ ਹੁਣ ਰੱਬ ਦੀ ਗੱਲ ਲੱਗਾ ਸਹੀ ਮੌਕੇ ਜਾਣਾ ਹੁਣ ਹੈ ਆਹ ਮੌਸਮ ਵਧੀਆ ਪਰ ਇਹ ਵਾਲੇ ਜਾਣ ਦਾ ਫਾਇਦਾ ਨਹੀਂ ਕੋਈ ਰਾਤ ਰਹਿਣਾ ਪੈਣਾ ਖੱਜਲ ਬਹਾਉਣਾ ਪੈਣਾ ਜੀ ਸਵੇਰੇ ਫਿਰ ਗਰਮੀ ਜਾਣਾ ਪੈਣਾ ਜੀ ਵਧੀਆ ਕੰਮ ਨਿਬੜਿਆ ਅਤੇ ਬਾਕੀ ਲਓ ਮਿੱਤਰੋ ਆਹ ਵਲੌਗ ਹੀ ਸਾਡਾ ਇਹ ਵੀ ਸਾਡਾ ਕੀੜਾ ਸੀ ਕਿ ਲੈ ਕੇ ਜਾਣਾ ਵਾ ਚਿਕੰਦਰ ਉਹ ਉਹ ਕੀੜਾ ਠੰਡਾ ਹੋ ਗਿਆ ਵੀਰ ਦਾ ਗਰਮੀ ਵੇਖ ਕੇ ਗਰਮੀ ਬਹੁਤ ਹੋ ਗਿਆ ਕੀੜਾ ਠੰਡਾ ਨਹੀਂ ਹੋ ਗਿਆ ਗਰਮੀ ਹੋ ਗਿਆ ਹੁਣ ਖਤਮ ਹੀ ਹੋ ਗਿਆ ਵਾ ਅਤੇ ਲਓ ਜੀ ਮਿੱਤਰੋ ਅੱਜ ਦਾ ਵਲੌਗ ਇੱਥੇ ਹੀ ਦੱਸਿਓ ਵਲੌਗ ਕਿੱਦਾਂ ਲੱਗਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ